ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਤੁਹਾਡੇ ਵੱਲੋਂ, ਕੀ ਕਹਿਣਾ ਚਾਹੁੰਦੇ ਹੋ? ਇਸ ਵਿਸ਼ਾਲ ਰੋਡ ਸ਼ੋਅ ਦੇ ਵਿੱਚ ਅੱਜ ਜੋ ਸਾਡੇ ਸਾਥੀਆਂ ਦਾ ਸੋਰਸ, ਜੋ ਸਾਡੇ ਹਲਕੇ ਦੇ ਵੋਟਰ ਸਪੋਰਟਰਸ ਦਾ ਉਤਸ਼ਾਹ ਜਿਹੜਾ ਉਹ ਵਾਕਿਆ ਜਿਹੜਾ ਅੱਜ ਦੇਖਣ ਨੂੰ ਨਜ਼ਰ ਆ ਰਿਹਾ, ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਹਲਕੇ ਵਿੱਚੋਂ ਰਿਕਾਰਡ ਤੋੜ ਜਿੱਤ ਦਰਜ ਕਰਾਂਗੇ, ਔਰ ਜਿੰਨੇ ਵੀ ਸਾਡੇ ਸਾਥੀ ਹੈ ਉਹ ਹਲਕੇ ਦੇ ਵਿਕਾਸ ਦੇ ਕੰਮਾਂ 'ਤੇ ਹੋਣ ਵਾਲੇ ਕੰਮਾਂ 'ਤੇ ਜਿਹੜੀ ਉਹ ਮੋਹਰ ਲਾ ਰਹੇ ਆ। ਸੋ ਮੈਂ ਆਪਣੇ ਸਾਥੀਆਂ ਦਾ, ਜਿੰਨੇ ਵੀ ਮੇਰੇ ਸਾਥੀ ਵਰਕਰ ਸਪੋਰਟਰਸ ਅਹੁਦੇਦਾਰ ਦਰਜਾ ਬਦਰਜਾ ਸਾਥੀ ਆਏ ਆ, ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਹੁਣ ਤੱਕ ਬਹੁਤ ਹੀ ਭਰਮਾ ਹੁੰਗਾਰਾ ਮਿਲਿਆ, ਔਰ ਜਿੱਥੇ ਸਾਨੂੰ ਇਹ ਲੱਗਦਾ ਸੀ ਕਿ ਬਹੁਤ ਥੋੜ੍ਹੇ ਲੋਕ ਜਿਹੜੇ ਗਿਣਤੀ ਜਾਣਗੇ, ਉੱਥੇ ਸੈਂਕੜੇ ਦੇ ਰੂਪ ਦੇ ਵਿੱਚ ਇਕੱਠ ਜਿਹੜੇ ਪਿੰਡਾਂ ਦੇ ਵਿੱਚ ਨਜ਼ਰ ਆਏ, ਔਰ ਪਿੰਡਾਂ ਦੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਚਾਹੇ ਕੋਈ ਅਕਾਲੀ ਦਲ ਨਾਲ ਸੰਬੰਧਿਤ ਸੀ, ਚਾਹੇ ਕੋਈ BSP ਨਾਲ ਸੰਬੰਧਿਤ ਸੀ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਲੋਕਾਂ ਨੇ ਸਮਰਥਨ ਦਿੱਤਾ, ਸੋ ਲੋਕਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਆਖਰੀ ਮੈਸੇਜ ਮੈਂ ਸਾਰੇ ਸਾਥੀਆਂ ਨੂੰ, ਸਾਰੇ ਵੋਟਰ ਸਪੋਰਟਰਸ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜਾ ਜਿਵੇਂ ਡਾਕਟਰ ਅਭਜੋਤ ਜੀ ਵੀ ਮੇਰੇ ਨਾਲ ਉਚੇਚੇ ਤੌਰ 'ਤੇ ਮੌਜੂਦ ਨੇ, ਸਾਡੇ ਕੈਬਨਿਟ ਮੰਤਰੀ ਪੰਜਾਬ, ਸੋ ਮੈਂ ਸਾਰੇ ਵੋਟਰ ਸਪੋਰਟਰਸ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਆਪ ਜੀ ਰਾਹੀਂ ਕਿ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ, ਔਰ ਆਮ ਆਦਮੀ ਪਾਰਟੀ ਦੇ 2.5 ਸਾਲ ਦੀ ਜੋ ਸਰਕਾਰ ਰਹਿੰਦੀ ਹੈ ਉਸ ਦੇ ਵਿੱਚ ਜੋ ਵਿਸ਼ਾਲ ਕੰਮ ਕੀਤੇ ਜਾਣੇ ਆ ਉਸ ਨੂੰ ਦੇਖਦੇ ਹੋਏ, ਔਰ ਡਾਕਟਰ ਇਸ਼ਾਂਕ ਜੋ ਕਿ ਨੌਜਵਾਨ ਪੜ੍ਹੇ ਲਿਖੇ ਉਮੀਦਵਾਰ ਨੇ, ਉਸ ਨੂੰ ਵੱਧ ਤੋਂ ਵੱਧ ਵੋਟਾਂ ਪਾਓ, ਝਾੜੂ ਦਾ ਬਟਨ ਦਬਾਓ, ਔਰ ਵੱਡੀ ਜਿੱਤ ਜਿਹੜੀ ਆਪਾਂ ਦਰਜ ਕਰੀਏ। ਇਸ ਵਿਸ਼ਾਲ ਰੋਡ ਸ਼ੋਅ ਦੇ ਵਿੱਚ ਅੱਜ ਜੋ ਸਾਡੇ ਸਾਥੀਆਂ ਦਾ ਸੋਰਸ, ਜੋ ਸਾਡੇ ਹਲਕੇ ਦੇ ਵੋਟਰ ਸਪੋਰਟਰਸ ਦਾ ਉਤਸ਼ਾਹ ਜਿਹੜਾ ਉਹ ਵਾਕਿਆ ਜਿਹੜਾ ਅੱਜ ਦੇਖਣ ਨੂੰ ਨਜ਼ਰ ਆ ਰਿਹਾ, ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਹਲਕੇ ਵਿੱਚੋਂ ਰਿਕਾਰਡ ਤੋੜ ਜਿੱਤ ਦਰਜ ਕਰਾਂਗੇ, ਔਰ ਜਿੰਨੇ ਵੀ ਸਾਡੇ ਸਾਥੀ ਹੈ ਉਹ ਹਲਕੇ ਦੇ ਵਿਕਾਸ ਦੇ ਕੰਮਾਂ 'ਤੇ ਹੋਣ ਵਾਲੇ ਕੰਮਾਂ 'ਤੇ ਜਿਹੜੀ ਉਹ ਮੋਹਰ ਲਾ ਰਹੇ ਆ। ਸੋ ਮੈਂ ਆਪਣੇ ਸਾਥੀਆਂ ਦਾ, ਜਿੰਨੇ ਵੀ ਮੇਰੇ ਸਾਥੀ ਵਰਕਰ ਸਪੋਰਟਰਸ ਅਹੁਦੇਦਾਰ ਦਰਜਾ ਬਦਰਜਾ ਸਾਥੀ ਆਏ ਆ, ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਹੁਣ ਤੱਕ ਬਹੁਤ ਹੀ ਭਰਮਾ ਹੁੰਗਾਰਾ ਮਿਲਿਆ, ਔਰ ਜਿੱਥੇ ਸਾਨੂੰ ਇਹ ਲੱਗਦਾ ਸੀ ਕਿ ਬਹੁਤ ਥੋੜ੍ਹੇ ਲੋਕ ਜਿਹੜੇ ਗਿਣਤੀ ਜਾਣਗੇ, ਉੱਥੇ ਸੈਂਕੜੇ ਦੇ ਰੂਪ ਦੇ ਵਿੱਚ ਇਕੱਠ ਜਿਹੜੇ ਪਿੰਡਾਂ ਦੇ ਵਿੱਚ ਨਜ਼ਰ ਆਏ, ਔਰ ਪਿੰਡਾਂ ਦੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਚਾਹੇ ਕੋਈ ਅਕਾਲੀ ਦਲ ਨਾਲ ਸੰਬੰਧਿਤ ਸੀ, ਚਾਹੇ ਕੋਈ BSP ਨਾਲ ਸੰਬੰਧਿਤ ਸੀ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਲੋਕਾਂ ਨੇ ਸਮਰਥਨ ਦਿੱਤਾ, ਸੋ ਲੋਕਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਆਖਰੀ ਮੈਸੇਜ ਮੈਂ ਸਾਰੇ ਸਾਥੀਆਂ ਨੂੰ, ਸਾਰੇ ਵੋਟਰ ਸਪੋਰਟਰਸ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜਾ ਜਿਵੇਂ ਡਾਕਟਰ ਅਭਜੋਤ ਜੀ ਵੀ ਮੇਰੇ ਨਾਲ ਉਚੇਚੇ ਤੌਰ 'ਤੇ ਮੌਜੂਦ ਨੇ, ਸਾਡੇ ਕੈਬਨਿਟ ਮੰਤਰੀ ਪੰਜਾਬ, ਸੋ ਮੈਂ ਸਾਰੇ ਵੋਟਰ ਸਪੋਰਟਰਸ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਆਪ ਜੀ ਰਾਹੀਂ ਕਿ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ, ਔਰ ਆਮ ਆਦਮੀ ਪਾਰਟੀ ਦੇ 2.5 ਸਾਲ ਦੀ ਜੋ ਸਰਕਾਰ ਰਹਿੰਦੀ ਹੈ ਉਸ ਦੇ ਵਿੱਚ ਜੋ ਵਿਸ਼ਾਲ ਕੰਮ ਕੀਤੇ ਜਾਣੇ ਆ ਉਸ ਨੂੰ ਦੇਖਦੇ ਹੋਏ, ਔਰ ਡਾਕਟਰ ਇਸ਼ਾਂਕ ਜੋ ਕਿ ਨੌਜਵਾਨ ਪੜ੍ਹੇ ਲਿਖੇ ਉਮੀਦਵਾਰ ਨੇ, ਉਸ ਨੂੰ ਵੱਧ ਤੋਂ ਵੱਧ ਵੋਟਾਂ ਪਾਓ, ਝਾੜੂ ਦਾ ਬਟਨ ਦਬਾਓ, ਔਰ ਵੱਡੀ ਜਿੱਤ ਜਿਹੜੀ ਆਪਾਂ ਦਰਜ ਕਰੀਏ।